ਸਾਬਕਾ ਸਰਪੰਚ ਗੋਪਾਲ ਕ੍ਰਿਸ਼ਨ ਸਿੰਘ ਹੰਜਰਾ ਦੀ ਅੱਜ ਅੰਤਿਮ ਅਰਦਾਸ ਦੇ ਵਿੱਚ ਪਿੰਡ ਰਤਨਹੇੜੀ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਹੈ ਉੱਥੇ ਉਹਨਾਂ ਦੀ ਅੰਤਿਮ ਅਰਦਾਸ ਕੀਤੀ ਗਈ, ਜਿਸ ਦੇ ਵਿੱਚ ਸਾਬਕਾ ਮੰਤਰੀ ਸੁਰਜੀਤ ਸਿੰਘ ਰਖੜਾ, ਹੈਰੀਮਾਨ ਕਾਂਗਰਸ ਪਾਰਟੀ ਤੋਂ ਦੇ ਜਿਹੜੇ ਆਗੂ ਹੈ ਸਨੋਰ ਹਲਕੇ ਤੋਂ, ਉਹਨਾਂ ਵੱਲੋਂ ਵੀ ਸ਼ਰਧਾਂਜਲੀ ਦਿੱਤੀ ਗਈ। ਰਛਪਾਲ ਸਿੰਘ ਜੋੜਾ ਮਾਜਰਾ ਅਤੇ ਕਿਸਾਨ ਯੂਨੀਅਨ ਦੇ ਆਗੂ ਜਿਹੜੇ ਹੈ ਰਣਜੀਤ ਸਿੰਘ ਵੱਲੋਂ ਵੀ ਹੁਣ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਹਰ ਤਬਕੇ ਦੇ ਵਿਅਕਤੀ, ਸਮਾਜਿਕ, ਧਾਰਮਿਕ, ਵਪਾਰੀ ਨੇ ਪਹੁੰਚ ਕੇ ਗੋਪਾਲ ਸਿੰਘ ਹੰਜਰਾ ਨੂੰ ਉਹਨਾਂ ਦੀ ਅੰਤਿਮ ਅਰਦਾਸ 'ਤੇ ਪਹੁੰਚ ਕੇ ਉਹਨਾਂ ਸ਼ਰਧਾ ਦੇ ਫੁੱਲ ਭੇਟ ਕੀਤੇ। ਕਰਕੇ ਸਾਹਿਬ ਜੀ ਕਹਿੰਦੇ ਜੀਵਨ ਦੀ ਬਾਜੀ ਜਿੱਤਣ ਵਾਸਤੇ ਸੰਸਾਰ 'ਤੇ ਆਇਆ, ਵੇਖੀ ਕਿਤੇ ਜੀਵਨ ਦੀ ਬਾਜੀ ਹਾਰ ਕੇ ਚਲਾ ਜਾਏ। ਸੰਸਾਰ ਦੇ ਉੱਤੇ ਪਰਮੇਸ਼ਰ ਦੀ ਬੰਦਗੀ ਕਰ, ਸਿਮਰਨ ਕਰ, ਤਾਂ ਕਿ ਤੇਰਾ ਸੰਸਾਰ 'ਤੇ ਆਉਣਾ ਸਫਲਾ ਹੋ ਜਾਏ। ਜਿਹੜੇ ਭਜਨ ਬੰਦਗੀ ਸਿਮਰਨ ਕਰਦੇ ਨੇ, ਨੇਕ ਕਰਮ ਕਰਦੇ ਨੇ, ਸਤਸੰਗਤ ਕਰਦੇ ਨੇ, ਰਸਾ ਨਵਾਂ ਦੇ ਕਿਰਤ ਨਾਲ ਜੁੜੇ ਹੋਏ ਨੇ, ਉਹਨਾਂ ਦਾ ਸੰਸਾਰ ਤੇ ਆਉਣਾ ਸਫਲਾ। ਪਾਤਸ਼ਾਹ ਕਹਿੰਦੇ ਆਇਆ ਸਫਲ ਤਾਹੂ ਕੋ ਬਣੀਐ, ਜਾਸ ਰਸਨ ਹਰ ਹਰ ਦਸ ਭਣੀਐ, ਆਏ ਬਸਹਿ ਸਾਧੂ ਕੈ ਸੰਗੇ, ਅਨੰਦਨ ਨਾਮ ਧਿਆਵੈ ਰੰਗੇ। ਕਹਿੰਦੇ ਉਹਨਾਂ ਦਾ ਸੰਸਾਰ ਤੇ ਆਉਣਾ ਸਫਲ ਹੈ, ਉਹਨਾਂ ਦੇ ਬਾਬਤ ਕਹਿ ਸਫਲ ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਰਾ। ਕਹਿੰਦੇ ਉਹਨਾਂ ਦੇ ਸੰਸਾਰ ਤੇ ਆਉਣ ਦੀ ਯਾਤਰਾ ਸਫਲੀ ਹੋ ਜਾਂਦੀ ਹੈ, ਸੱਤ ਪੁਰਸ਼ਾਂ ਦੀ ਸੰਗਤ ਕਰਕੇ, ਗੁਰੂ ਦੀ ਸੰਗਤ ਵਿੱਚ ਆ ਕੇ ਉਹਨਾਂ ਦੇ ਆਉਣ ਜਾਣ ਦਾ 84 ਲੱਖ ਦਾ ਗੇੜਾ ਜਿਹੜਾ ਉਹ ਖਤਮ ਹੋ ਜਾਂਦਾ ਹੈ। ਕਿ ਗੁਰਬਾਣੀ ਦਾ ਪਾਠ ਕਰੋ ਤੇ ਕਰਵਾਓ, ਤੇ ਬਾਣੀ ਦਾ ਕੀਰਤਨ ਕਥਾ ਕੀਤੀ ਜਾਵੇ, ਕਿਉਂਕਿ ਬਾਣੀ ਸਾਨੂੰ ਧੀਰਜ ਬਖਸ਼ਦੀ ਹੈ, ਬਾਣੀ ਧਰਵਾਸ ਦਿੰਦੀ ਹੈ, ਬਾਣੀ ਸਾਡੀ ਆਤਮਾ ਨੂੰ ਬਲਵਾਨ ਕਰਦੀ ਹੈ। ਤੇ ਜਦੋਂ ਬਾਣੀ ਨਾਲ ਜੁੜਦੇ ਹਾਂ, ਫਿਰ ਸਾਹਿਬ ਜੀ ਕਹਿੰਦੇ ਤੇਰਾ ਭਾਣਾ ਤੂੰ ਹੈ ਮਨਾਹੇ, ਜਿਸਨੂੰ ਹੋਹੇ ਦਇਆਲਾ, ਜਿਹਨਾਂ ਤੇ ਫਿਰ ਦਇਆ ਕਰ ਦਿੰਦਾ, ਜਿਹਨਾਂ ਨੂੰ ਗੁਰੂ ਦੇ ਸ਼ਬਦ ਨਾਲ ਜੋੜ ਲੈਂਦਾ, ਉਹਨਾਂ ਨੂੰ ਭਾਣਾ ਮੰਨਣ ਦੀ ਤਾਕਤ ਬਖਸ਼ ਦਿੰਦਾ। ਉਹ ਆਪਾਂ ਅਰਦਾਸ ਕਰੀਏ ਕਿ ਪਰਿਵਾਰ ਤੇ ਸਤਿਗੁਰੂ ਰਹਿਮਤ ਭਰਿਆ ਹੱਥ ਰੱਖਿਓ, ਭਾਣਾ ਮੰਨਣ ਦੀ ਤਾਕਤ ਬਖਸ਼ਣੀ, ਕਿਤਨੀ ਹਾਜ਼ਰੀ ਪ੍ਰਵਾਨ ਕਰ ਲੈਣੀ, ਭੁੱਲ ਚੁੱਕ ਦੀ ਖਿਮਾ, ਅਨੰਦ ਸਾਹਿਬ ਦੇ ਪਾਠ। ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਰਦਾਸ ਇੱਕ ਓਅੰਕਾਰ, ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ, ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਸਦਵੇ ਕ੍ਰਿਤਮ ਭਗਵਤੀ ਨਿਮਰਤਾ, ਗੁਰੂ ਨਾਨਕ ਦਈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਤਾ ਹੋਇ ਸਹਾਇ, ਅਰਜਨ ਹਰਿ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਇ, ਸ੍ਰੀ ਹਰਿਕ੍ਰਿਸ਼ਨ ਧਿਆਈਐ ਸਭ ਪਿਲਾਏ, ਤੇਗ ਬਹਾਦਰ ਸਿਮਰਿਆ ਕਰਨਾ ਨਿਦਿਆਵਾ ਭਾਏ, ਸਭ ਥਾਈ ਹੋਏ ਸਹਾਇ, ਸਤਵੇਂ ਪਾਤਸ਼ਾਹ ਵਾਹਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਸਭ ਥਾਈ ਹੋਏ ਸਹਾਇ। ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਗੋਪਾਲ ਸਿੰਘ ਜੀ, ਉਹਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਿਲ ਹੋਈ ਸਰੂਹ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾਮ ਵਾਹਿਗੁਰੂ।
ਦੇਖੋ ਗੋਪਾਲ ਹੰਜਰਾ ਜੀ ਬੜੇ ਵਧੀਆ ਬੰਦੇ ਸੀਗੇ, ਕਿਰਤ ਕਮਾਈ ਕਰਦੇ ਸੀ ਦਸੇ ਨੌਹਾਂ ਦੀ, ਆਪਣੇ ਬੇਟਿਆਂ ਨੂੰ ਬੜਾ ਉਹਨਾਂ ਨੇ ਸੈੱਟ ਕੀਤਾ। ਇੱਕ ਬੇਟਾ ਉਹਨਾਂ ਦਾ ਸਰਪੰਚ ਵੀ ਰਿਹਾ ਅਤੇ ਆੜ੍ਹ ਦੀ ਦੁਕਾਨ ਕਰ ਰਿਹਾ, ਦੂਜਾ ਆਸਟ੍ਰੇਲੀਆ ਦੇ ਵਿੱਚ ਹੈ, ਦਸੇ ਨੌਹਾਂ ਦੀ ਕਿਰਤ ਕਮਾਈ ਕਰਨ ਵਾਲੇ ਬੰਦੇ ਤੇ। ਪਰ ਅਜੇ ਉਹਦੇ ਜਾਣ ਦਾ ਟਾਈਮ ਨਹੀਂ ਸੀ, ਬੜੀ ਦੁੱਖ ਦੀ ਗੱਲ ਹੈ ਸਾਰੇ ਪਿੰਡ ਵਾਸਤੇ, ਰਿਸ਼ਤੇਦਾਰਾਂ ਵਾਸਤੇ, ਦੋਸਤਾਂ ਮਿੱਤਰਾਂ ਵਾਸਤੇ। ਤੋ ਮੈਂ ਇੱਥੇ ਆਪਣੇ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਨਾ ਹੈ। ਇਹਦੇ 'ਚ ਹੈ ਵੀ ਅਸੀਂ ਇਸ ਦੁੱਖ ਦੀ ਘੜੀ ਦੇ ਵਿੱਚ ਸਾਡੇ ਸਾਥੀ ਨੇ ਜਿਹੜੇ ਗੋਪਾਲ ਜੀ, ਇਹ ਸਾਡੀ ਜਥੇਬੰਦੀ 'ਚ ਵੀ ਕੰਮ ਕਰਦੇ ਸੀ ਅਤੇ ਇਹਨਾਂ ਦੇ ਬੇਟੇ ਨੇ ਜਿਹੜੇ ਅਮਰਿੰਦਰ ਸਾਬਕਾ ਸਰਪੰਚ ਨੇ, ਅਤੇ ਅੱਜ ਜਾਣੀ ਸਾਡੀ ਜਥੇਬੰਦੀ ਨੂੰ ਇਸ ਗੱਲ ਦਾ ਬਹੁਤ ਘਾਟਾ ਪਿਆ ਕਿ ਸਾਡਾ ਇੱਕ ਆਗੂ, ਸਾਡਾ ਇੱਕ ਵਰਕਰ ਸਾਡੇ ਕੋਲੋਂ ਜਿਹੜਾ ਸਦਾ ਲਈ ਚਲਿਆ ਗਿਆ। ਸੋ ਇਸ ਗੱਲ 'ਤੇ ਅਸੀਂ ਪਰਮਾਤਮਾ ਅੱਗੇ ਵੀ ਇਹ ਅਰਦਾਸ ਕਰਦੇ ਹਾਂ ਕਿ ਸਾਡੇ ਸਾਥੀ ਨੂੰ ਆਪਦੇ ਚਰਨਾਂ 'ਚ ਜਗ੍ਹਾ ਦੇਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਕੈਮਰਾਮੈਨ ਬੀ ਕੇ ਗਰਗ ਦੇ ਨਾਲ ਪੁਰਸ਼ੋਤਮ ਕੌਸ਼ਿਕ, ਸਮਾਣਾ ਨਿਊਜ਼।